ਤੁਸੀਂ ਵੇਖਦਾ ਮਤਲਬ ਵੇਖਿਆ ਸਾਰਿਆਂ ਨੇ ਵੀ ਜਦੋਂ ਗਾਣਾ ਰਿਲੀਜ਼ ਹੋਇਆ ਹੈ ਨਾ ਉਸ ਤੋਂ ਬਾਅਦ ਕਈਆਂ ਦਾ ਢਿੱਡ ਵੀ ਬਹੁਤ ਦੁਖਿਆ ਵੀ 4.5 ਮਿਲੀਅਨ ਕਿੱਦਾਂ ਹੋ ਗਏ ਵੀ ਉਹਨੂੰ ਚਾਹੁੰਦੇ ਆ ਲੋਕ ਸੁਣਦੇ ਆ ਤਾਂ ਕਹਿੰਦੇ ਜੀ ਗਾਣੇ ਦੇ ਵਿੱਚੋਂ ਤਾਂ ਕੋਈ ਮੈਸੇਜ ਨਹੀਂ ਮਿਲਦਾ ਮੈਂ ਇੱਕ ਦੋ ਟੀਵੀ ਚੈਨਲਾਂ ਦੇ ਉੱਤੇ ਸਾਡੇ ਬੁੱਢੀ ਜੀ ਭਰਾ ਬੈਠੇ ਨੇ ਉਹਨਾਂ ਨੇ ਉਹਦੇ ਬਾਰੇ ਟੀਕਾ ਟਿੱਪਣੀ ਕੀਤੀ ਗਾਣੇ ਦੇ ਬਾਰੇ ਮੈਂ ਪਰ ਅਸੀਂ ਤਾਂ ਸ਼ੁਭਦੀਪ ਦੇ ਜਿਉਂਦਿਆਂ ਤੋਂ ਇਹ ਗੱਲ ਕਹਿੰਦੇ ਰਹੇ ਹਾਂ ਵੀ ਸਾਡੇ ਗਾਣੇ ਸਾਡੇ ਵਰਗਿਆਂ ਲਈ ਹੈ ਅਤੇ ਜਿਹੜਾ ਜ਼ਿਆਦਾ ਸਿਆਣਾ ਵਰਗ ਹੈ ਉਹ ਸਾਡੇ ਗਾਣੇ ਤੋਂ ਦੂਰ ਰਿਹਾ ਕਰੋ ਅਤੇ ਐਵੇਂ ਬਿਨਾਂ ਲੋੜ ਤੋਂ ਸਾਡੀ ਨਿੱਜੀ ਕੰਮ ਹੈ ਜਿਹੜਾ ਮਿਊਜ਼ਿਕ ਦਾ ਕੰਮ ਹੈ ਉਹ ਸਾਡੇ ਬੇਟੇ ਦਾ ਆਪਦਾ ਕੈਰੀਅਰ ਹੈ ਉਹ ਗਾਉਂਦਾ ਹੈ ਕਿਸੇ ਨੂੰ ਕੀ ਲੋੜ ਪੈ ਜਾਂਦੀ ਹੈ ਉਹਦੇ ਉੱਤੇ ਪ੍ਰਤੀਕਿਰਿਆ ਦੇਣ ਦੀ ਜੇ ਕੋਈ ਐਡੀ ਉਹਦੇ 'ਚ ਮੈਂ ਮਾੜੀ ਗੱਲ ਵੀ ਕਿਸ ਗਾਣੇ ਦੇ ਵਿੱਚ ਕੀ ਹੈ ਗਾਣਾ ਇੱਕ ਮਨੋਰੰਜਨ ਹੁੰਦਾ ਹੈ ਔਰ ਬਖੂਬੀ ਮਨੋਰੰਜਨ ਪਬਲਿਕ ਦਾ ਕਰ ਰਿਹਾ ਉਹ ਪਰ ਲੋਕ ਸੁਣ ਰਹੇ ਨੇ ਫਿਰ ਵੀ ਉਹਦੇ ਵਿੱਚ ਉਹਦੇ ਉੱਤੇ ਆਪਣਾ ਗਿਆਨ ਘੋਟੀ ਜਾਂਦੇ ਬਿਨਾਂ ਗੱਲ ਤੋਂ ਅਤੇ ਸਾਨੂੰ ਬਿਲਕੁਲ ਵੀ ਗੱਲ ਚੰਗੀ ਨਹੀਂ ਲੱਗੀ ਔਰ ਸਾਨੂੰ ਸਾਰੇ ਗੀਤਾਂ 'ਤੇ ਹਮੇਸ਼ਾ ਹੀ ਮਾਣ ਰਿਹਾ ਅਤੇ ਜੋ ਉਹਦਾ ਬਾਕੀ ਬਚਿਆ ਹੋਇਆ ਮੈਟਰ ਹੈ ਉਹ ਵੀ ਇਸੇ ਤਰ੍ਹਾਂ ਹੀ ਲੋਕਾਂ ਦਾ ਖੂਬ ਮਨੋਰੰਜਨ ਕਰੂਗਾ ਅਤੇ ਗਾਣੇ ਸਾਰੇ ਚੜ੍ਹਦੀ ਕਲਾ 'ਚ ਰਹਿਣਗੇ ਅਤੇ ਮੈਂ ਸਾਰੇ ਚਾਹੁਣ ਵਾਲਿਆਂ ਦਾ ਦਿਲੋਂ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ। ਅਗਲਾ ਬਸ ਤਾਂ ਆਪਾਂ ਇਹ ਕਲੈਬਰੇਸ਼ਨ ਸੀਗੀ ਕੁਛ ਕਈ ਦੂਜੇ ਕਲਾਕਾਰਾਂ ਨਾਲ ਵੀ ਸਾਡਾ ਜਿਹੜਾ ਗਾਣੇ ਹੋਏ ਹੋਏ ਨੇ ਪਹਿਲਾਂ ਉਹਨਾਂ ਨੂੰ ਛੱਡਣਾ ਪੈਂਦਾ ਉਸ ਤੋਂ ਬਾਅਦ ਆਪਾਂ ਵੀ ਕੁਛ ਸਮੇਂ ਦੀ ਤੈਅ ਸਮੇਂ ਦੇ 2-4 ਮਹੀਨਿਆਂ ਦਾ ਗੈਪ ਦੇ ਕੇ ਗਾਣਾ ਛੱਡੀ ਚੱਲਾਂਗੇ। ਇਹ ਰਹਾ ਜੀ ਜਿਹੜਾ ਸਟੈਪ ਦਾ ਉਹਦਾ ਪ੍ਰੋਜੈਕਟ ਹੈ ਨਾ ਕਿਉਂਕਿ ਮੈਨੂੰ ਉਹਦੇ ਨਾਲ ਮੇਰੀ ਉਸ ਤੋਂ ਜਦੋਂ ਸ਼ੂਟਿੰਗ ਕਰਕੇ ਗਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਆਪਣੇ ਗਾਣੇ ਬਾਰੇ ਹੀ ਦੱਸਣ 'ਤੇ ਹੀ ਪਤਾ ਲੱਗੂਗਾ ਵੀ ਉਹ ਕਦੋਂ ਰਿਲੀਜ਼ ਕਰੇ ਨੇ। ਹਾਂ ਤੁਹਾਨੂੰ ਮੈਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਨਾਲ ਫੋਨ 'ਤੇ ਗੱਲ ਕਰਕੇ ਜ਼ਰੂਰ ਇਹਦੇ ਬਾਰੇ ਚਾਨਣਾ ਪਾ ਦੂੰਗਾ। ਫਿਲਹਾਲ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਉਹਦੇ ਬਾਰੇ ਨਹੀਂ ਹੈ। ਅੰਦਰ ਪਹਿਲਾਂ ਸਿੱਧੂ ਨੇ ਬੰਬੇ ਵਾਲੇ ਮੂਸੇ ਪਿੰਡ ਆਉਣ ਲਾਏ, ਹੁਣ ਮੂਸੇ ਪਿੰਡ ਦੀਆਂ ਸੜਕਾਂ 'ਤੇ 9-11 ਦੌੜਾਇਆ। ਦੇਖੋ ਇਹ ਉਹਦਾ ਸੁਭਾਅ ਸੀ, ਉਹਦੇ ਇਹ ਉਹਦੀ ਕਾਬਲੀਅਤ ਸੀ। ਸ਼ਾਇਦ ਇਹੀ ਇਹਨਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਕਦੇ ਉਹਦੇ ਮਤਲਬ ਗਾਣਿਆਂ ਦੇ ਵਿੱਚੋਂ। ਦੇਖੋ ਉਹਦੇ ਗਾਣਿਆਂ ਦੇ ਵਿੱਚ ਅਸ਼ਲੀਲਤਾ 0 ਹੈ, ਨਾ ਦੇ ਬਰਾਬਰ ਹੁੰਦੀ ਹੈ, ਪਰ ਫਿਰ ਵੀ ਇਹਨੂੰ ਗਾਣੇ ਚੰਗੇ ਕਿਉਂ ਨਹੀਂ ਲੱਗਦੇ? ਜਦੋਂ ਪਬਲਿਕ ਸੁਣਦੀ ਹੈ, ਜਿਹੜੇ ਮਿਲੀਅਨ ਲੋਕ ਹੈ, ਤੁਸੀਂ ਦੇਖੋ ਤਾਂ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ 1-2 ਲੱਖ ਬੰਦਾ ਤਾਂ ਲਾਈਨ ਔਨਲਾਈਨ ਵੇਟਿੰਗ ਦੇ ਵਿੱਚ ਸੀਗਾ। ਤਾਂ ਯਾਰ ਇਹ ਇੱਕ ਉਹਦੀ ਮਿਹਨਤ ਹੈ ਨਾ, ਉਹਨੂੰ ਲੋਕ ਪਸੰਦ ਕਰਦੇ ਆ। ਤਾਂ ਫਿਰ ਮੇਰੇ ਵਰਗੇ ਬੁੱਧੀਜੀਵੀ ਜਿਹੜੇ ਐਵੇਂ ਹੀ ਆਪਦਾ ਗਿਆਨ ਘੋਟਦੇ, ਉਹਨੂੰ ਮਿਹਨਤ ਨਹੀਂ ਸਮਝ ਆਉਂਦੀ ਵੀ ਇਸ ਗੱਲ ਦੇ ਵਿੱਚ ਕੋਈ ਪਾਏਦਾਰ ਗੱਲ ਨਿਕਲਦੀ। ਸਾਡੀ ਨਿੱਜੀ ਕੰਮ ਹੈ, ਜਿਹੜਾ ਮਿਊਜ਼ਿਕ ਦਾ ਕੰਮ ਹੈ ਉਹ ਸਾਡੇ ਬੇਟੇ ਦਾ ਆਪਦਾ ਕੈਰੀਅਰ ਹੈ ਉਹ ਗਾਉਂਦਾ ਹੈ, ਕਿਸੇ ਨੂੰ ਕੀ ਲੋੜ ਪੈ ਜਾਂਦੀ ਹੈ ਉਹਦੇ ਉੱਤੇ ਪ੍ਰਤੀਕਿਰਿਆ ਦੇਣ ਦੀ? ਜੇ ਕੋਈ ਐਡੀ ਉਹਦੇ 'ਚ ਮੈਂ ਮਾੜੀ ਗੱਲ ਵੀ ਕਿਸ ਗਾਣੇ ਦੇ ਵਿੱਚ ਕੀ ਹੈ, ਗਾਣਾ ਇੱਕ ਮਨੋਰੰਜਨ ਹੁੰਦਾ ਹੈ ਔਰ ਬਖੂਬੀ ਮਨੋਰੰਜਨ ਪਬਲਿਕ ਦਾ ਕਰ ਰਿਹਾ ਉਹ, ਪਰ ਲੋਕ ਸੁਣ ਰਹੇ ਨੇ, ਫਿਰ ਵੀ ਉਹਦੇ ਵਿੱਚ ਉਹਦੇ ਉੱਤੇ ਆਪਣਾ ਗਿਆਨ ਘੋਟੀ ਜਾਂਦੇ ਬਿਨਾਂ ਗੱਲ ਤੋਂ, ਅਤੇ ਸਾਨੂੰ ਬਿਲਕੁਲ ਵੀ ਗੱਲ ਚੰਗੀ ਨਹੀਂ ਲੱਗੀ। ਔਰ ਸਾਨੂੰ ਸਾਰੇ ਗੀਤਾਂ 'ਤੇ ਹਮੇਸ਼ਾ ਹੀ ਮਾਣ ਰਿਹਾ ਅਤੇ ਜੋ ਉਹਦਾ ਬਾਕੀ ਬਚਿਆ ਹੋਇਆ ਮੈਟਰ ਹੈ ਉਹ ਵੀ ਇਸੇ ਤਰ੍ਹਾਂ ਹੀ ਲੋਕਾਂ ਦਾ ਖੂਬ ਮਨੋਰੰਜਨ ਕਰੂਗਾ ਅਤੇ ਗਾਣੇ ਸਾਰੇ ਚੜ੍ਹਦੀ ਕਲਾ 'ਚ ਰਹਿਣਗੇ। ਅਤੇ ਮੈਂ ਸਾਰੇ ਚਾਹੁਣ ਵਾਲਿਆਂ ਦਾ ਦਿਲੋਂ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ। ਅਗਲਾ ਬਸ ਤਾਂ ਆਪਾਂ ਇਹ ਕਲੈਬਰੇਸ਼ਨ ਸੀਗੀ ਕੁਛ ਕਈ ਦੂਜੇ ਕਲਾਕਾਰਾਂ ਨਾਲ ਵੀ ਸਾਡਾ ਜਿਹੜਾ ਗਾਣੇ ਹੋਏ ਹੋਏ ਨੇ ਪਹਿਲਾਂ ਉਹਨਾਂ ਨੂੰ ਛੱਡਣਾ ਪੈਂਦਾ ਉਸ ਤੋਂ ਬਾਅਦ ਆਪਾਂ ਵੀ ਕੁਛ ਸਮੇਂ ਦੀ ਤੈਅ ਸਮੇਂ ਦੇ 2-4 ਮਹੀਨਿਆਂ ਦਾ ਗੈਪ ਦੇ ਕੇ ਗਾਣਾ ਛੱਡੀ ਚੱਲਾਂਗੇ। ਇਹ ਰਹਾ ਜੀ ਜਿਹੜਾ ਸਟੈਪ ਦਾ ਉਹਦਾ ਪ੍ਰੋਜੈਕਟ ਹੈ ਨਾ ਕਿਉਂਕਿ ਮੈਨੂੰ ਉਹਦੇ ਨਾਲ ਮੇਰੀ ਉਸ ਤੋਂ ਜਦੋਂ ਸ਼ੂਟਿੰਗ ਕਰਕੇ ਗਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਆਪਣੇ ਗਾਣੇ ਬਾਰੇ ਹੀ ਦੱਸਣ 'ਤੇ ਹੀ ਪਤਾ ਲੱਗੂਗਾ ਵੀ ਉਹ ਕਦੋਂ ਰਿਲੀਜ਼ ਕਰੇ ਨੇ। ਹਾਂ ਤੁਹਾਨੂੰ ਮੈਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਨਾਲ ਫੋਨ 'ਤੇ ਗੱਲ ਕਰਕੇ ਜ਼ਰੂਰ ਇਹਦੇ ਬਾਰੇ ਚਾਨਣਾ ਪਾ ਦੂੰਗਾ। ਫਿਲਹਾਲ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਉਹਦੇ ਬਾਰੇ ਨਹੀਂ ਹੈ। ਅੰਦਰ ਪਹਿਲਾਂ ਸਿੱਧੂ ਨੇ ਬੰਬੇ ਵਾਲੇ ਮੂਸੇ ਪਿੰਡ ਆਉਣ ਲਾਏ, ਹੁਣ ਮੂਸੇ ਪਿੰਡ ਦੀਆਂ ਸੜਕਾਂ 'ਤੇ 9-11 ਦੌੜਾਇਆ।